ਓਨਟਾਰੀਓ ਸਰਕਾਰ ਵੱਲੋਂ 80 ਨਵੇਂ ਲੌਂਗ ਟਰਮ ਕੇਅਰ ਪ੍ਰੋਜੈਕਟਸ ਵਿੱਚ ਨਿਵੇਸ਼ ਕਰਕੇ ਨਵਾਂ ਇਤਿਹਾਸ ਸਿਰਜਿਆ ਗਿਆ। ਇਸ ਦੌਰਾਨ ਬ੍ਰੈਂਪਟਨ ਵਿੱਚ 2 ਨਵੇਂ ਲੌਂਗ ਟਰਮ ਕੇਅਰ ਹੋਮਸ ਵੀ ਕਾਇਮ ਕੀਤੇ ਜਾਣਗੇ। ਇਸ ਨਾਲ ਬ੍ਰੈਂਪਟਨ ਵਿੱਚ 352 ਨਵੀਆਂ ਲੌਂਗ ਟਰਮ ਕੇਅਰ ਥਾਵਾਂ ਹੋ ਜਾਣਗੀਆਂ। ਇਸ ਸਰਕਾਰ ਵੱਲੋਂ ਅਗਲੇ 10 ਸਾਲਾਂ ਵਿੱਚ 30,000 ਅਜਿਹੀਆਂ ਲੌਂਗ ਟਰਮ ਕੇਅਰ ਸਪੇਸਿਸ ਕਾਇਮ ਕਰਨ ਦੇ ਵਾਅਦੇ ਦਾ ਹੀ ਹਿੱਸਾ ਹੋਣਗੀਆਂ। ਇਹਨਾਂ ਪ੍ਰੋਜੈਕਟਾਂ ਵਿੱਚ ਬ੍ਰੈਂਪਟਨ ਵਿੱਚ ਕਾਇਮ ਕੀਤਾ ਜਾਣ ਵਾਲਾ ਸ੍ਰੀ ਗੁਰੂ ਨਾਨਕ ਲੌਂਗ ਟਰਮ ਕੇਅਰ ਸੈਂਟਰ ਵੀ ਸ਼ਾਮਿਲ ਹੋਏਗਾ, ਜਿਸ ਵਿੱਚ 160 ਨਵੀਆਂ ਸਪੇਸਿਸ ਹੋਣਗੀਆਂ। ਇਸ ਪ੍ਰੋਜੈਕਟ ਤਹਿਤ ਬ੍ਰੈਂਪਟਨ ਵਿੱਚ ਬਿਲਕੁਲ ਨਵਾਂ ਹੋਮ ਕਾਇਮ ਕੀਤਾ ਜਾਏਗਾ। ਇਸ ਹੋਮ ਵਿੱਚ ਪੰਜਾਬੀ ਅਤੇ ਸਿੱਖ ਕਮਿਊਨਿਟੀ ਦੇ ਮੈਂਬਰਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇੰਡਸ ਕਮਿਊਨਿਟੀ ਸਰਵਿਸਿਜ਼ ਤਹਿਤ 192 ਨਵੀਆਂ ਸਪੇਸਿਸ ਤਿਆਰ ਕੀਤੀਆਂ ਜਾਣਗੀਆਂ। ਇਸ ਪ੍ਰੋਜੈਕਟ ਤਹਿਤ ਬ੍ਰੈਂਪਟਨ ਵਿੱਚ ਕੈਂਪਸ ਆਫ ਕੇਅਰ ਦੇ ਹਿੱਸੇ ਵਜੋਂ ਨਵਾਂ ਹੋਮ ਤਿਆਰ ਕੀਤਾ ਜਾਏਗਾ। ਇਸ ਹੋਮ ਤਹਿਤ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਲੌਂਗ ਟਰਮ ਕੇਅਰ ਸੈਕਟਰ ਨੂੰ ਆਧੁਨਿਕ ਰੰਗਣ ਦੇਣ ਵਿੱਚ ਵੀ ਮਦਦ ਮਿਲੇਗੀ। ਇਹਨਾਂ ਪ੍ਰੋਜੈਕਟਾਂ ਰਾਹੀਂ ਲੰਮੀਆਂ ਵੇਟ ਲਿਸਟਾਂ ਘਟਾਉਣ ਦੇ ਹਾਰਵੇ ਮੈਡੀਸਨ ਦੇ ਰੁਝਾਨ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ। ਪ੍ਰੋਵਿੰਸ ਪੱਧਰ ਉੱਤੇ ਇਸ ਨਿਵੇਸ਼ ਨਾਲ ਸਰਕਾਰ ਦੀਆਂ ਹੋਰ ਤਰਜੀਹਾਂ, ਜਿਨ੍ਹਾਂ ਵਿੱਚ 3 ਤੇ 4 ਬੈੱਡ ਵਾਰਡ ਰੂਮਸ ਨੂੰ ਖਤਮ ਕਰਨਾ, ਕੈਂਪਸ ਆਫ ਕੇਅਰ ਤਿਆਰ ਕਰਨਾ, ਇੰਡੀਜੀਨਸ ਫ੍ਰੈਂਚ ਭਾਸ਼ੀ ਅਤੇ ਹੋਰ ਕਲਚਰਲ ਕਮਿਊਨਿਟੀ ਰੈਜੀਡੈਂਟਸ ਲਈ ਨਵੀਆਂ ਸਪੇਸਿਸ ਮੁਹੱਈਆ ਕਰਵਾਇਆ ਜਾਣਾ ਵੀ ਸ਼ਾਮਿਲ ਹੈ।